ਪਹਿਲਾਂ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਦਿੱਤੀ ਧਮਕੀ, ਫਿਰ ਗੋਲੀਆਂ ਮਾਰ ਕੀਤਾ ਸਰਪੰਚ ਦਾ ਕਤਲ। ਦੱਸਦੇ ਕਿ ਕੁਝ ਹਮਲਾਵਰਾਂ ਨੇ ਇੱਕ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ, ਜਿਸ ਤੋਂ ਬਾਅਦ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੇ ਇਹਨਾਂ ਵੱਲੋਂ ਮੌਕੇ ਤੇ ਕਈ ਰਾਊਂਡ ਫਾਇਰ ਕੀਤੇ ਗਏ, ਜਿਸ ਦੇ ਵਿੱਚ ਸਰਪੰਚ ਦੇ 9 ਗੋਲੀਆਂ ਲੱਗੀਆਂ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਸਰਪੰਚ ਦੇ ਕਾਤਲਾਂ ਨੇ ਪਿੰਡ ਦੇ ਵਿੱਚ ਫਾਇਰਿੰਗ ਪੁਲਿਸ ਦੀ ਮੌਜੂਦਗੀ ਦੇ ਵਿੱਚ ਕੀਤੀ, ਜੋ ਕਿ ਵੱਡਾ ਸਵਾਲ ਖੜਾ ਕਰਦਾ ਹੈ। ਕਤਲ ਦਾ ਆਰੋਪ ਦਲਵੀਰ ਫੌਜੀ ਦੇ ਮੁੰਡਿਆਂ ਅਤੇ ਉਸਦੇ ਹੋਰ ਪਰਿਵਾਰ ਦੇ ਜੀਆਂ ਤੇ ਲੱਗਿਆ। ਦਲਵੀਰ ਫੌਜੀ BC ਵਰਗ ਤੋਂ ਆਉਂਦੇ ਸੀ ਤੇ ਦਲਵੀਰ ਫੌਜੀ ਸਰਪੰਚ ਦੀਆਂ ਵੋਟਾਂ ਦੇ ਵਿੱਚ ਖੜੇ ਹੋਏ ਸੀ, ਪਰ ਸੀਟ ਜਰਨਲ ਵਰਗ ਲਈ ਸੀ, ਇਸ ਲਈ ਕੁਝ ਵਿਸ਼ੇਸ਼ ਜਾਤੀ ਦੇ ਲੋਕਾਂ ਵੱਲੋਂ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹਨਾਂ ਦੇ ਕਤਲ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਪੁਲਿਸ ਦੀ ਸੁਰੱਖਿਆ ਮਿਲੀ ਸੀ। ਉਹਨਾਂ ਦੀ ਸੁਰੱਖਿਆ ਵਿੱਚ ਮੌਜੂਦ ਪੁਲਿਸ ਕਰਮੀਆਂ ਸਾਹਮਣੇ ਹੀ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ। ਇੰਨਾ ਹੀ ਨਹੀਂ, ਇਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਕਤਲ ਦਾ ਬਦਲਾ ਲੈਣ ਲਈ ਪੋਸਟ ਵੀ ਪਾਈ ਗਈ ਸੀ। ਦੱਸਦੇ ਕਿ ਮਾਮਲਾ ਗੋਹਾਨਾ ਦਾ, ਜਿੱਥੇ ਹੁਣ ਪੁਲਿਸ ਨੇ ਕਤਲ ਦੇ ਮਾਮਲੇ ਦੇ ਵਿੱਚ 5 ਮੁਲਜ਼ਮਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਤਾਂ ਵੱਡੀ ਵਾਰਦਾਤ ਵਾਪਰੀ ਹੈ, ਜਿੱਥੇ ਇੱਕ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਅਤੇ ਜਿਸਦੀ ਇਹਨਾਂ ਵੱਲੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਜਾਂਦੀ ਹੈ, ਜਿਸ ਤੋਂ ਬਾਅਦ ਵੱਡੀ ਵਾਰਦਾਤ ਨੂੰ ਇਹਨਾਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਅਤੇ ਸਾਰੀ ਵਾਰਦਾਤ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੁੰਦੀ ਹੈ, ਜੋ ਕਿ ਵੱਡਾ ਸਵਾਲ ਖੜਾ ਕਰਦਾ ਹੈ। ये राजेश फिलहाल मौजूदा जो सरपंच गांव शजाना के थे, उनकी हत्या का मामला दर्ज हुआ है आरोपियों के खिलाफ। उसमें मुदई पक्ष ने राजेश व उसके दो बेटे और दलवीर के दो बेटों के बारे में मुकदमा दर्ज कराया है और इसमें हमारी 2 CIA की और 1 थाना स्तर की टीम काम कर रही है फिलहाल। सर, कोई गिरफ्तारी भी हुई है इस पूरे मामले में? अभी तक कोई गिरफ्तारी नहीं। सर, पोस्टमार्टम में कितनी गोलियां हैं वो राजेश उर्फ राजू के शरीर से बरामद हुई है डॉक्टर्स की टीम को? अभी तक उसके पोस्टमार्टम में हमें 9 गोलियां वहाँ उसके शरीर से बरामद। सर, परिवार ने आरोप लगाया है कि जो दलबीर के परिवार को सुरक्षाकर्मी मिले थे उनका हाथ उसी इस वारदात में है। अभी तक ऐसी कोई चीज़ हमारे सामने, सर पूछताछ की गई है जो सुरक्षाकर्मी वहाँ पर थे ना। जी सर, उन्होंने क्या बताया, क्या कोई फायरिंग है वो गांव में हुई है हत्या के बाद? और एक अलग मुकदमा और भी दर्ज हुआ है उसी गांव में, एक और अलग जगह राजू के मकान पे फायरिंग है जिसका हमने अलग से एक मुकदमा दर्ज किया हुआ है। सर, वो फायरिंग जो इंस्टाग्राम पर पोस्ट डाली गई थी, जो सोशल मीडिया पर वायरल, उन्होंने वही फायरिंग की है? ये मुकदमा जो अभी जिसकी तफ्तीश चल रही है, तफ्तीश का हिस्सा, जो भी कोई ऐसी चीज़ सामने आएगी आपको बताएंगे। प्राथमिक जांच में सर, इंस्टाग्राम पर जो पोस्ट डाली वो कौन कौन है, नाम क्या है, उनके नाम सामने आए? ये सहेल जो अपना इनका राजेश का लड़का है, उसके द्वारा पोस्ट डाली गई थी और उसका पता नहीं। पहला इंस्टाग्राम पे पोस्ट पाके दित्ती धमकी, फिर गोलियां मार किता सरपंच दा कतल। ਦੱਸਦੇ ਕਿ ਕੁਝ ਹਮਲਾਵਰਾਂ ਨੇ ਇੱਕ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ, ਜਿਸ ਤੋਂ ਬਾਅਦ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੇ ਇਹਨਾਂ ਵੱਲੋਂ ਮੌਕੇ ਤੇ ਕਈ ਰਾਊਂਡ ਫਾਇਰ ਕੀਤੇ ਗਏ, ਜਿਸ ਦੇ ਵਿੱਚ ਸਰਪੰਚ ਦੇ 9 ਗੋਲੀਆਂ ਲੱਗੀਆਂ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਸਰਪੰਚ ਦੇ ਕਾਤਲਾਂ ਨੇ ਪਿੰਡ ਦੇ ਵਿੱਚ ਫਾਇਰਿੰਗ ਪੁਲਿਸ ਦੀ ਮੌਜੂਦਗੀ ਦੇ ਵਿੱਚ ਕੀਤੀ, ਜੋ ਕਿ ਵੱਡਾ ਸਵਾਲ ਖੜਾ ਕਰਦਾ ਹੈ। ਕਤਲ ਦਾ ਆਰੋਪ ਦਲਵੀਰ ਫੌਜੀ ਦੇ ਮੁੰਡਿਆਂ ਅਤੇ ਉਸਦੇ ਹੋਰ ਪਰਿਵਾਰ ਦੇ ਜੀਆਂ ਤੇ ਲੱਗਿਆ। ਦਲਵੀਰ ਫੌਜੀ BC ਵਰਗ ਤੋਂ ਆਉਂਦੇ ਸੀ ਤੇ ਦਲਵੀਰ ਫੌਜੀ ਸਰਪੰਚ ਦੀਆਂ ਵੋਟਾਂ ਦੇ ਵਿੱਚ ਖੜੇ ਹੋਏ ਸੀ, ਪਰ ਸੀਟ ਜਰਨਲ ਵਰਗ ਲਈ ਸੀ, ਇਸ ਲਈ ਕੁਝ ਵਿਸ਼ੇਸ਼ ਜਾਤੀ ਦੇ ਲੋਕਾਂ ਵੱਲੋਂ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹਨਾਂ ਦੇ ਕਤਲ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਪੁਲਿਸ ਦੀ ਸੁਰੱਖਿਆ ਮਿਲੀ ਸੀ। ਉਹਨਾਂ ਦੀ ਸੁਰੱਖਿਆ ਵਿੱਚ ਮੌਜੂਦ ਪੁਲਿਸ ਕਰਮੀਆਂ ਸਾਹਮਣੇ ਹੀ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ। ਇੰਨਾ ਹੀ ਨਹੀਂ, ਇਹਨਾਂ ਵੱਲੋਂ ਸੋਸ਼ਲ ਮੀਡੀਆ 'ਤੇ ਕਤਲ ਦਾ ਬਦਲਾ ਲੈਣ ਲਈ ਪੋਸਟ ਵੀ ਪਾਈ ਗਈ ਸੀ। ਦੱਸਦੇ ਕਿ ਮਾਮਲਾ ਗੋਹਾਨਾ ਦਾ, ਜਿੱਥੇ ਹੁਣ ਪੁਲਿਸ ਨੇ ਕਤਲ ਦੇ ਮਾਮਲੇ ਦੇ ਵਿੱਚ 5 ਮੁਲਜ਼ਮਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਤਾਂ ਵੱਡੀ ਵਾਰਦਾਤ ਵਾਪਰੀ ਹੈ, ਜਿੱਥੇ ਇੱਕ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਅਤੇ ਜਿਸਦੀ ਇਹਨਾਂ ਵੱਲੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਜਾਂਦੀ ਹੈ, ਜਿਸ ਤੋਂ ਬਾਅਦ ਵੱਡੀ ਵਾਰਦਾਤ ਨੂੰ ਇਹਨਾਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਅਤੇ ਸਾਰੀ ਵਾਰਦਾਤ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੁੰਦੀ ਹੈ, ਜੋ ਕਿ ਵੱਡਾ ਸਵਾਲ ਖੜਾ ਕਰਦਾ ਹੈ। ये राजेश फिलहाल मौजूदा जो सरपंच गांव शजाना के थे, उनकी हत्या का मामला दर्ज हुआ है आरोपियों के खिलाफ। उसमें मुदई पक्ष ने राजेश व उसके दो बेटे और दलवीर के दो बेटों के बारे में मुकदमा दर्ज कराया है
और इसमें हमारी दो CIA की और एक थाना स्तर की टीम काम कर रही है फिलहाल। सर कोई गिरफ्तारी भी हुई है इस पूरे मामले में? अभी तक कोई गिरफ्तारी नहीं। सर पोस्टमार्टम में कितनी गोलियां हैं वो राजेश उर्फ राजू के शरीर से बरामद हुई है डॉक्टर स्क्रीन को? अभी तक उसके पोस्टमार्टम में हमें 9 गोलियां वहाँ उसके शरीर से बरामद। सर परिवार ने आरोप लगाया है कि जो दलबीर के परिवार को सुरक्षाकर्मी मिले थे उनका हाथ उसे इस वारदात में है। अभी तक ऐसी कोई चीज़ हमारे सामने नहीं। सर पूछताछ की गई है जो सुरक्षाकर्मी वहाँ पर थे? जी सर उन्होंने क्या बताया, क्या कोई फायरिंग है वो गांव में हुई है हत्या के बाद? और एक अलग मुकदमा और भी दर्ज हुआ है उसी गांव में, एक और अलग जगह राजू के मकान पे फायरिंग है जिसका हमने अलग से एक मुकदमा दर्ज किया हुआ है। सर वो फायरिंग जो इंस्टाग्राम पर पोस्ट डाली गई थी जो सोशल मीडिया पर वायरल, उन्होंने वही फायरिंग की है? ये मुकदमा जो अभी जिसकी तफ्तीश चल रही है, तफ्तीश का हिस्सा जो भी कोई ऐसी चीज़ सामने आएगी आपको बताएगा। प्राथमिक जांच में सर इंस्टाग्राम पर जो पोस्ट डाली वो कौन कौन है, नाम क्या है उनके, नाम सामने आएगा? ये सहेल जो अपना इनका राजेश का लड़का है उसके द्वारा पोस्ट डाली गई थी और उसका मतलब।